ਜਿਹੜੇ ਸ਼ਿਵਜੀ ਮਹਾਰਾਜ ਦੇ ਭਗਤਾਂ ਹੱਥ ਖੜਾ ਕਰਕੇ ਦੱਸੋ ਸੁਣਾ ਦਵਾਂ ਦੇਖ ਲਓ ਸਰਨਾਮ ਬਾਜੀ ਸੁਣਾ ਦਵਾਂ ਕਿਉਂਕਿ ਸ਼ੰਕਰ ਮਹਾਰਾਜ ਸਾਰਿਆਂ ਦੇ ਗੁਰੂ ਹੋਏ ਨੇ ਜਿੱਥੇ ਸ਼ੰਕਰ ਮਹਾਰਾਜ ਆ ਉੱਥੇ ਸ਼ਕਤੀ ਵੀ ਹੈ ਜਿੱਥੇ ਸ਼ਕਤੀ ਆ ਉੱਥੇ ਸ਼ੰਕਰ ਹੈ ਸਾਡੀ ਉਤਪਤੀ ਕੋਈ ਯਾਰ ਆ ਕੀ ਮੈਂ ਲਾਵੇ ਠੰਡ ਮੂੰਹ ਤੇ ਹਾਂਜੀ ਬਾਬੇ ਹੋ ਹਾਂਜੀ ਹੈ ਚੱਕ ਦੋ ਹਾਂਜੀ ਬਾਬਾ ਜੀ ਟੈਨਸ਼ਨ ਨਾ ਲਓ ਹੁਣ ਆ ਗਏ ਆ ਪਰ ਰਾਤ ਤੱਕ ਗਾਉਂਦੇ ਰਹੋ ਤੁਸੀਂ ਤੇ ਨਹੀਂ ਜਾਂਦੇ ਕਿਤੇ ਹਾਂ ਕੋਈ ਨਾ ਅਸੀਂ ਮਹਾਰਾਜ ਟੈਨਸ਼ਨ ਨਾ ਲੈ ਬਹਿ ਜਾਣ ਚੁੱਪ ਕਰ ਗੱਲ ਨਾ ਕਰ ਮੈਨੂੰ ਕਰਨ ਦੀ ਗੱਲ ਕੀ ਹੈ ਜਦੋਂ ਮਰਾਸੀ ਬੋਲਦੇ ਹੁਣ ਜਾਂ ਗਾਉਂਦੇ ਹੁਣ ਉਦੋਂ ਉਹਨਾਂ ਦੇ ਵਿੱਚ ਬੋਲੀ ਦਾ ਨਹੀਂ ਕਿਉਂ ਸਰਕਾਰ ਸਾਡਾ ਇੱਕ ਮਰਾਸੀ ਸੀਗਾ ਉਹ ਜਦੋਂ ਚਲੋ ਬਾਅਦ ਚ ਉਹਨੂੰ ਇੱਕ ਬਾਦਸ਼ਾਹ ਕਹਿੰਦਾ ਤੂੰ ਮੈਨੂੰ ਸਾਰੀ ਜ਼ਿੰਦਗੀ ਹਸਾਇਆ ਹੈ ਮੈਂ ਮੰਨੂੰ ਤੈਨੂੰ ਤਾਂ ਜੇ ਤੂੰ ਮੈਨੂੰ ਮਰ ਕੇ ਵੀ ਹਸਾਵੇਂ ਉਹ ਕਹਿੰਦਾ ਕੋਈ ਗੱਲ ਨਹੀਂ ਸਰਕਾਰ ਅਸੀਂ ਵੀ ਤੈਨੂੰ ਜਾਣ ਲੱਗੇ ਹਾਂ ਤੇਰੇ ਤੋਂ ਕੌਲ ਲੈਂਦੇ ਹਾਂ ਵੀ ਜੇ ਅਸੀਂ ਤੈਨੂੰ ਮਰ ਕੇ ਵੀ ਹਸਾਤਾ ਤਾਂ ਸਾਡੀਆਂ ਜਿਹੜੀਆਂ ਸੱਤ ਪਿਸ਼ਤਾਂ ਨੂੰ ਰੋਟੀ ਤੂੰ ਖਵਾਏਗਾ ਕਹਿੰਦੇ ਠੀਕ ਹੈ ਰਾਜ ਭਾਗ ਦੇ ਦੂੰਗਾ ਇੱਕ ਪੂਰਾ ਪਿੰਡ ਦੇ ਦੂੰਗਾ ਟੈਨਸ਼ਨ ਨਹੀਂ ਲਓ ਜੀ ਜਦੋਂ ਮਰਾਸੀ ਸਾਹਿਬ ਨੇ ਮਰਨਾ ਸੀ ਉਦੋਂ ਸਿੱਧੇ ਨਹੀਂ ਪਏ ਕੰਧ ਨੂੰ ਢੇਸ ਲਾ ਕੇ ਪੈ ਗਏ ਢੋ ਲਾ ਕੇ ਲੱਤਾਂ ਸਿੱਧੀਆਂ ਤੇ ਫਿੱਟ ਕੰਧ ਦੇ ਨਾਲ ਲੱਗੀ ਉਹ ਉਦਾਂ ਹੀ ਮਰ ਗਿਆ ਤੇ ਉਹਨੇ ਘਰਦਿਆਂ ਨੂੰ ਕਿਹਾ ਸੀ ਕਿ ਮੈਨੂੰ ਚੁੱਕਿਓ ਨਾ ਜਿੰਨਾ ਚਿਰ ਰਾਜਾ ਸਾਹਿਬ ਨਹੀਂ ਆਉਂਦੇ ਉਹਨਾਂ ਚਿਰ ਚੁੱਕਿਆ ਨਾ ਉਹ ਇੱਕ ਦਿਨ ਪਿਆ ਰਿਹਾ ਪੂਰਾ ਆਕੜ ਗਿਆ ਜਦੋਂ ਉਹਨੂੰ ਕਬਰ 'ਚ ਪਾਉਣ ਜੇ ਉਹਨੂੰ ਲਟਾਉਣ ਤੇ ਲੱਤਾਂ ਖੜੀਆਂ ਜੇ ਲੱਤਾਂ ਸਿੱਧੀਆਂ ਕਰਨ 'ਤੇ ਉੱਠ ਕੇ ਬਹਿ ਜਾਵੇ ਰਾਜਾ ਇਹੀ ਚੀਜ਼ ਵੇਖ ਕੇ ਹੱਸੀ ਜਾ ਰਿਹਾ ਕਹਿੰਦਾ ਜਿਉਂਦਾ ਰਹੇ ਤੂੰ ਮੈਨੂੰ ਹਸਾਇਆ ਮਰਨ ਲੱਗਿਆਂ ਵੀ ਹਸਾਇਆ ਇਹਦੇ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਸੋ ਮਰਾਸੀ ਜਿਹੜੇ ਆ ਉਹਨਾਂ ਦੇ ਘਰ ਭਾਵੇਂ ਲਾਸ਼ ਪਈ ਹੋਵੇ ਉਹਨਾਂ ਨੇ ਆਉਣਾ ਹੀ ਆ ਗਾਉਣਾ ਹੀ ਆ ਹਸਾਉਣਾ ਹੀ ਆ ਉਹਨਾਂ ਦਾ ਕੰਮ ਆ ਵਿਚਾਰੇ ਹੈ ਨਾ ਵੈਸੇ ਸਾਨੂੰ ਇਸ ਗੱਲ ਦੇ ਬੜੇ ਭਾਗ ਆ ਕਿ ਸਾਡੇ ਜਿਹੜੇ ਪੂਰਵਜ ਸੀ ਬਾਬਾ ਮਰਦਾਨਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਰਹੇ ਨੇ ਇਸੇ ਗੱਲ ਦੇ ਭਾਗ ਆ ਸਾਨੂੰ ਹੋਰ ਕੁਛ ਨਹੀਂ ਬੋਲੇ ਦੀ ਬਰਾ ਸੁਣਾ ਦਵਾਂ ਹਾਂਜੀ ਹੱਥ ਤਾਂ ਤੁਸੀਂ ਖੜੇ ਕੀਤੇ ਨੀ ਗੱਲ ਕੀ ਹੈ ਹੱਥ ਪ੍ਰਗਟੇ ਤਾਂ ਕੀਤੇ ਨੀ ਕਿਉਂਕਿ ਜਕਾਰੇ ਤੋਂ ਬਿਨਾਂ ਤਾਂ ਭੇਟ ਸ਼ੁਰੂ ਨਹੀਂ ਹੁੰਦੀ ਭਜਨ ਸ਼ੁਰੂ ਨਹੀਂ ਹੁੰਦਾ ਹੱਥ ਪ੍ਰਗਟੇ ਕਰਕੇ ਜ਼ੋਰ ਦੀ ਬੋਲਣਾ ਮੈਂ ਉਦਾਂ ਹੀ ਮਾਸਟਰ ਹਾਂ ਮੈਂ ਸਕੂਲ ਵਾਲਾ ਨਹੀਂ ਅਸੀਂ ਗਾਣਾ ਹੀ ਨਹੀਂ ਹੈ ਆਵਾਜ਼ ਤਾਂ ਤੁਸੀਂ ਕੱਢਦੇ ਨਹੀਂ ਅਸੀਂ ਨਹੀਂ ਗਾਣਾ ਹੋ ਮੇਰੇ ਬੰਨ ਬੰਨ ਬੋਲੇ ਹਾਂ ਆਵਾਜ਼ ਤਾਂ ਕੱਢਦੇ ਨਹੀਂ ਸਤਰਾਮ ਭਾਈ ਚਾਹ ਦਾ ਕੱਪ ਜੇ ਮਿਲ ਜਾਵੇ ਨਾ ਮਰਾਸੀਆਂ ਨੂੰ ਉਹਨਾਂ ਲਈ ਉਹ ਅੰਮ੍ਰਿਤ ਦਾ ਪਿਆਲਾ ਹੁੰਦਾ ਹੈ ਇਹਨੇ ਸੁਣ ਨਹੀਂ ਦੇਣਾ ਵੀ ਬੰਬ ਬੰਬ ਬੋਲੇ ਕਹਿੰਦੇ ਤਾੜੀਆਂ ਹੋਰ ਉੱਤੋਂ ਵਜਾਈ ਜਾਂਦਾ ਉਹ ਤਾੜੀ ਉਹਦੇ 'ਚ ਪਾਈ ਆ ਤਾੜੀ ਦੇ ਨਾਲ ਨਾਲ ਇੱਕ ਮੰਤ ਵੀ ਪਾਇਆ ਉਹ ਵੀ ਬਹੁਤ ਸੋਹਣੀ ਤਾੜੀ ਵਾਜਰੀ ਵਿੱਚ ਖੜਦਾ ਬੰਬ 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 ਬੰਬ
ਜਿਹਦੇ ਨਾਲ ਅਸੀਂ ਵਧਾਈਆਂ ਲੈਨੇ ਕਈ ਲੋਕ ਸਮਝਦੇ ਖਰੇ ਸੈਡ ਗਾਣਿਆਂ ਚ ਹੀ ਵਜਾਇਆ ਜਾਂਦਾ ਹੈ ਸੈਡ ਨਹੀਂ ਇਹ ਤਾਂ ਖੁਸ਼ੀ ਦਾ ਪ੍ਰਤੀਕ ਹੈ ਜਿੱਥੇ ਮੁੰਡਾ ਜੰਮਦਾ ਵਿਆਹ ਹੁੰਦਾ ਹੈ ਉੱਥੇ ਅਸੀਂ ਇਹ ਜਾ ਕੇ ਵਜਾਉਂਦੇ ਹਾਂ ਹਨਾ ਤੇ ਨਾਲ ਹੀ ਦੇਖਣ ਬੱਚੇ ਜੀ ਦੇ ਰਣ ਤਾਕ ਲੱਗੇ ਰਹਿਣ ਸਕਦਾ ਖਚਾ ਕੇ ਜਾਊਂਗਾ ਮਾਂ ਦੀ ਪੂਜਾ ਰੱਬ ਦੀ ਪੂਜਾ
ਇੱਕ ਬੰਦਾ ਕਹਿੰਦਾ ਨੁਆਈ ਧੋਈ ਕਰ ਦਿਓ ਇੱਕ ਮੇਰੇ ਵਰਗਾ ਸ਼ਰਾਰਤੀ ਕਹਿੰਦਾ ਰਹਿਣ ਦਿਓ ਨਹਾਉਂਦਾ ਹੀ ਮਰੇ ਕੋਲੇ ਦੀ ਬਰਾਤ ਜੜੀ ਸ਼ਿਵ ਦੀ ਬਰਾਤ ਜੜੀ ਕੋਲੇ ਦੀ ਬਰਾਤ ਜੜੀ ਸ਼ਿਵ ਦੀ ਸ਼ਿਵਰਾਤਰੀ ਵਾਲੇ ਦਿਨ ਸਿਰ ਦੇ ਇੱਕ ਵਾਰ ਰਗੜਾ ਜਿਹਾ ਲਾ ਕੇ ਭੋਗ ਲੱਗਦਾ ਮਹਾਰਾਜ ਦੇ ਲੰਗਰ ਦਾ ਉਦਨ ਪੀਓ ਉਦਨ ਉਹ ਪ੍ਰਸ਼ਾਦ ਹੁੰਦਾ ਉਸ ਤੋਂ ਬਾਅਦ ਉਹ ਨਸ਼ਾ ਬਣ ਜਾਂਦਾ ਸੋ ਭੰਗੀਆਂ ਨੂੰ ਡਰਗੀਆਂ ਨੂੰ ਮੇਰੀ ਬੇਨਤੀ ਹੈ ਕਿ ਪਲੀਜ਼ ਪੰਜਾਬ ਨੂੰ ਕਲੀਨ ਕਰੋ ਬਹੁਤ ਸੋਹਣੀ ਚਾਹ ਬਣਾਈ ਜਾਂਦੀ ਬਣਾਇਆ ਰੂਪ ਬਣਾਇਆ ਰਾਮ ਯਾ ਨਾਲ ਵਿਆਹ ਕਰਾਇਆ ਰਾਮ ਯਾ ਨਾਲ ਵਿਆਹ ਕਰਾਇਆ
ਕਰਨਾ ਚਾਹੀਦਾ ਜਿਹੜਾ ਡਿਜ਼ਰਵ ਕਰਦਾ ਹੋਵੇ ਇਹ ਮੁੰਡਾ ਨੰਗਲ ਤੋਂ ਹੈ ਤੁਸੀਂ ਵੌਇਸ ਆਫ ਪੰਜਾਬ ਸੀਜ਼ਨ 5 4 ਚ ਕਰਨ ਨੰਗਲ ਤੋਂ ਇਹਨੇ ਬਹੁਤ ਹੀ ਅੱਛਾ ਗਾਇਆ ਸੀ ਉਸ ਵੇਲੇ ਬਹੁਤ ਅੱਛਾ ਗਾਇਆ ਸੀ ਕਰਨ ਹੀ ਇਜ਼ ਵੈਰੀ ਟੈਲੈਂਟਡ ਗਾਇ ਐਂਡ ਹੀ ਇਜ਼ ਆਲਸੋ ਵੈਰੀ ਡਾਊਨ ਟੂ ਅਰਥ ਗੋਡ ਬਲੈਸ ਇਹ ਮੇਰਾ ਪੋਤਾ ਹੈ ਕੀ ਗੌਰਵ ਬਹਿ ਜਾ ਬੇਟਾ ਬਹਿ ਜਾ ਗੌਰਵ ਵੀ ਨਹੀਂ ਬਹੁਤ ਅੱਛਾ ਗਾਉਂਦੇ ਬਹਿ ਜਾ ਫੋਟੋ ਕਰਾ ਲੈਨੇ ਆ ਮਾਮਾ ਮੈਂ ਕਿਹੜਾ ਐਂਜਲੀਨਾ ਜੋਲੀ ਆ ਕਰਨ ਤੂੰ ਉੱਥੇ ਮਾਈਕ ਤੇ ਖੜਾ ਹੋ ਚਾਰ ਪਾਸੇ ਖੁਸ਼ੀਆਂ ਛਾਈਆਂ ਚਾਰ ਪਾਸੇ ਖੁਸ਼ੀਆਂ ਛਾਈਆਂ ਭੰਗੜੇ ਕੇ ਪੈਂਦੇ ਮਿਲਣ ਵਧਾਈਆਂ ਮਾਗੀ
ਇਹਦੇ ਲਈ ਦੁਆ ਕਰੋ ਕਿ ਇਹ ਬਹੁਤ ਵੱਡਾ ਆਰਟਿਸਟ ਬਣੇ ਜਿਹੜੇ ਕਲਾਕਾਰ ਅਸਲ ਮਾਨੇ ਚ ਜਿਹੜੇ ਕਲਾਕਾਰ ਹੁੰਦੇ ਨੇ ਜਿਹੜੇ ਗਾਉਣ ਵਾਲੇ ਹੁੰਦੇ ਉਹ ਸੋਹਣੇ ਨਹੀਂ ਹੁੰਦੇ ਇਹਨੇ ਉਹਨਾਂ ਨੂੰ ਤੁਸੀਂ ਸੋਹਣਾ ਬਣਾਉਂਦੇ ਹੋ ਉਹਨਾਂ ਨੂੰ ਪਸੰਦ ਕਰਕੇ ਉਹਨਾਂ ਦੀਆਂ ਟੇਪਾਂ ਉਹਨਾਂ ਦੇ ਐਲਬਮਸ ਉਹਨਾਂ ਦੇ ਟ੍ਰੈਕਸ ਉਹਨਾਂ ਦੇ ਸਿੰਗਲਸ ਨੂੰ ਪਸੰਦ ਕਰਕੇ ਤੁਸੀਂ ਸੋਹਣਾ ਬਣਾਉਂਦੇ ਹੋ ਨਾ ਇਹ ਸੋਹਣਾ ਹੈ ਨਾ ਮੈਂ ਸੋਹਣਾ ਮੇਰਾ ਮੁਰਸ਼ਦ ਸੋਹਣਾ ਹੈ ਜਿਹੜਾ ਸਾਨੂੰ ਬਣਾ ਦਿੰਦਾ ਹੈਨਾ ਆ ਗੱਲ ਕੇ ਮੈਂ ਵੀ ਪਹਿਲਾਂ ਇਦਾਂ ਲੱਗਦਾ ਹੁੰਦਾ ਜਿੱਦਾਂ ਯੂਪੀ ਚੋਂ ਆਇਆ ਨਾਓ ਆਈ ਐਮ ਫਿਟ ਐਂਡ ਫਾਈਨ ਗੁੱਡ ਲੁਕਿੰਗ ਹੈਂਡਸਮ ਗਾਇ ਉਹ ਕਾਕਾ ਥੱਲੇ ਬੈ ਆਪਣਾ ਮੁੰਡਾ ਕੋਈ ਨੀ ਫੇਰ ਵੀ ਥੱਲੇ ਬਹਿ ਗਿਆ ਮੇਰਾ ਆਪਣਾ ਮੁੰਡਾ ਥੱਲੇ ਬੈਠਾ ਮੈਂ ਕਿਹਾ ਮੇਰਾ ਆਪਣਾ ਮੁੰਡਾ ਥੱਲੇ ਬੈਠਾ ਕੁਰਸੀ ਤੇ ਮਸ਼ੂਕ ਕਦੇ ਵੀ ਵਫਾ ਕਮਾਉਂਦੀਆਂ ਨਾ ਅਰੇ ਕੁਰਸੀ ਤੇ ਮਸ਼ੂਕ ਥੈਂਕ ਯੂ ਬਣਿਆ ਵੇ ਮਾਇਆ ਮੈਨੂੰ ਯਾਦ ਆਉਂਦਾ ਜਨੂਨ ਗੋਡ ਬਲੈਸ ਪਤਾ ਸ਼ਾਬਾਸ਼ ਕੁਰਸੀ ਤੇ ਮਸ਼ੂਕ ਕਦੇ ਵੀ ਵੋਟਾਂ ਵੀ ਲੰਘ ਗਈਆਂ ਹੈਂਜੀ ਕੁਰਸੀ ਤੇ ਮਸ਼ੂਕ ਕਦੇ ਵੀ ਵਫਾ ਕਮਾਉਂਦੀਆਂ ਨਾ ਇੱਕ ਵੋਟਾਂ ਕਰਕੇ ਬਦਲ ਜਾਂਦੀ ਦੂਜੀ ਨੋਟਾਂ ਕਰਕੇ ਜੀ ਛੱਲਾ ਸੁਣਾਵਾ ਵੀਰੋ ਛੱਲਾ ਜਿਹੜਾ ਸ਼ੌਕਤ ਅਲੀ ਖਾਨ ਸਾਹਿਬ ਦਾ ਛੱਲਾ ਹੈ ਜਿਹੜਾ ਪਾਕਿਸਤਾਨ ਤੋਂ ਆਇਆ ਸੀ ਉਹ ਸੁਣਾਉਣਾ ਹਾਂਜੀ ਖਾਓ ਜੀ ਖਾਓ ਮਹਾਰਾਜ ਮੈਂ ਬਰਗਰ ਨਹੀਂ ਖਾਂਦਾ ਮੈਂ ਆਪ ਬਰਗਰ ਅੱਗਾ ਉਹ ਚੱਲਿਆ ਭਰਾਵਾ ਚਲਾ ਵਨ ਟੂ ਥ੍ਰੀ ਫੋਰ ਬੈਠੋ
ਸ਼ਗੀਰ ਸਾਹਿਬ ਮੈਂ ਕਿਹਾ ਹਾਂਜੀ ਤੇ ਦਾਦਾ ਜੀ ਇਹਦੇ ਨਾਲੋਂ ਵੀ ਇੱਕ ਹੋਰ ਅੱਛੀ ਗੱਲ ਹੈ ਉਹ ਮੇਰੇ ਪਿਓ ਦਾ ਸ਼ਗੀਰ ਸਾਹਿਬ ਉਹ ਮੇਰੇ ਪਿਓ ਦਾ ਸ਼ਗੀਰ ਸਾਹਿਬ ਮੈਂ ਉਹਨਾਂ ਦਾ ਸ਼ਗੀਰ ਸਾਹਿਬ ਤੇ ਇਸ ਨਾਤੇ ਮੈਂ ਭਾਜੀ ਦਾ ਭਰਾ ਵੀ ਲੱਗਦਾ ਭਾਜੀ ਦਾ ਲਵ ਯੂ ਥੈਂਕ ਯੂ ਜੀ ਮਾਨ ਸਾਹਿਬ ਨੂੰ ਸਾਡਾ ਸਲਾਮ ਬਾਬਿਓ ਮਿਹਰਬਾਨੀ ਸ਼ੁਕਰੀਆ ਮਾਨ ਮਰ ਜਾਣੇ ਨੂੰ ਕੁਛ ਨਹੀਂ ਬਣਦਾ ਮੈਂ ਜ਼ਰੂਰ ਸੁਣਾਵਾਂ ਜੀ 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 ਬਾਬਾ ਜੀ ਬਿਲਕੁਲ ਮਿਸ਼ਰੀ ਸ਼ਾਇਦ ਪਤਾ ਸੈਨਾ ਨੂੰ ਰਮਦੇਸ਼ਕ ਦੀ ਮਿੱਠੀ ਆਈ ਜਵਾਨੀ ਹਰ ਕੋਈ ਵੇਂਦਾ ਜਾਂਦੀ ਕਿਸੇ ਨੂੰ ਡਿੱਠੀ ਕੀ ਮੁਨਿਆ ਦੇ ਬੰਦਿਆਂ ਤੇਰੀ ਆਖਰ ਹੋਣਾ ਮਿੱਟੀ ਇਸ਼ਕ ਦੇ ਹਰ ਦਮ ਤਾਜ਼ਾ ਰਹਿੰਦਾ ਆਵੇਂ ਦਾੜੀ ਹੋ ਜਾਏ ਚਿੱਪੀ ਨਿਮ ਕਮਲੀ ਯਾਰ ਦੀ ਕਮਲੀ ਹੋ ਗਈ ਮੈਂ ਕਬਲੀ ਹੋ ਗਈ ਮੈਂ ਕਬਲੀ
ਜਿਨ੍ਹਾਂ ਲੋਕਾਂ ਨੇ ਮੈਨੂੰ ਵੇਖਣਾ ਸੀ ਕਿ ਸਲੀਮ ਕਿੱਦਾਂ ਦਾ ਹੋ ਗਿਆ, ਕਾਲਾ ਹੋ ਗਿਆ, ਪੀਲਾ ਹੋ ਗਿਆ, ਨੀਲਾ ਹੋ ਗਿਆ, ਉਹ ਵੇਖ ਕੇ ਚਲੇ ਗਏ। ਡੇਢ ਘੰਟੇ ਹੋ ਗਏ ਸਾਨੂੰ ਗਾਉਂਦਿਆਂ ਨੂੰ, ਵੇਖ ਕੇ ਇਹੀ ਵੇਖਣਾ ਸੀ। ਜਿਹੜੇ ਹੁਣ ਸੁਣਨ ਵਾਲੇ ਉਹ ਬਚ ਗਏ ਨੇ, ਥੋੜ੍ਹੇ ਥੋੜ੍ਹੇ ਅੱਗੇ ਆ ਜਾਓ, ਫਿਰ ਹੋਰ ਮਜ਼ਾ ਆਊਗਾ। ਅੱਗੇ ਆ ਜਾਓ ਮੇਰੇ ਕੋਲ। ਪੈਰ ਵੀ ਕਰ ਇੱਥੇ। ਆਰਾਮ ਨਾਲ ਬਹਿ ਜਾਓ, ਹੁਣ ਇੱਥੇ ਬਹਿ ਜਾਓ ਆਰਾਮ। ਹਾਂ ਅੱਗੇ ਅੱਗੇ ਆ ਜਾਓ, ਬਾਂਸਾ ਦੇ ਨਾਲ ਚੜੋ ਬਾਬਿਓ। ਮੇਰੇ ਉਹ ਮੁੰਡਿਆ ਬਾਂਸਾ ਦੇ ਨਾਲ ਚੜ, ਬਾਂਸਾ ਦੇ ਕੌਣ ਚੜਦਾ ਪਤਾ? ਆਇਆ ਬੈਠ ਤੇ।